ਤੇ ਆ ਗਿਆ ਮੈਂ, ਇਹ ਚੱਲੀ ਗਈ ਨਾ ਤਾਬ ਵਿਛੋੜਿਆਂ ਦੀ, ਇਹ ਫੁਰਕਤ ਵਿੱਚ ਘਬਰਾਇਆ ਤੇ ਆ ਗਿਆ ਮੈਂ, ਕਰਮ ਫਰਮਾਇਆ ਤੇ ਆ ਗਿਆ ਮੈਂ। ਔਰ ਆਖਰੀ ਕਲੀ ਸੁਣਨੇ ਵਾਲੀ ਏ, ਬਰਕੇ ਆਪ ਮੈਂ ਆਵਾਂ ਵੋ ਮਜਾਲ ਕੀ ਏ, ਆਕਾ ਤੁਸਾਂ ਵੋ ਬੁਲਾਇਆ ਤੇ ਆ ਗਿਆ ਮੈਂ। ਅੱਲਾ ਕਰੀਮ ਸਾਡੇ ਦਿਲਾਂ ਵਿੱਚ ਸੱਚਾ ਤੇ ਪੱਕਾ ਹਜ਼ੂਰ ਦਾ ਦਰਦ, ਇਸ਼ਕ ਔਰ ਮੁਹੱਬਤ ਪੈਦਾ ਫਰਮਾਏ। ਸੀਨੇ ਜਿਨ੍ਹਾਂ ਦੇ ਦਰਦ ਤੂੰ ਹੈਣ ਖਾਲੀ, ਉਹ ਦਿਲਾਂ ਐਸੇ ਬੇਦਰਦਾਂ ਤੂੰ ਵੱਖ ਹੋ ਜਾ, ਇਹ ਖੁੱਲੀ ਰਵੇ ਜੋ ਯਾਰ ਦੀ ਤਾਂਗ ਅੰਦਰ, ਇਹ ਹੋ ਜਾਈ ਉਹ ਜ਼ਮਾਨੇ ਤੇ ਅੱਖ ਹੋ ਜਾ, ਇਹ ਬਿਨਾ ਨਿਸਬਤਾਂ ਨਹੀਂ ਮਿਲਣੀ ਸਰ ਫਰਾਜ਼ੀ, ਆਪਣੇ ਆਪ ਉੱਚਾ ਪਵੇਂ ਲੱਖ ਹੋ ਜਾ। ਔਰ ਆਖਰੀ ਕਰੀ ਸੁਬਾਨ ਅੱਲਾ, ਤੁਹਾਡੀ ਜ਼ਬਾਨਾਂ ਤੋਂ ਬੇਇਖਤਿਆਰ ਨਿਕਲੇਗਾ, ਉਹ ਜੇ ਤੂੰ ਕੱਖ ਤੂੰ ਹੋਵਣਾ ਲੱਖ ਹਾਫਿਜ਼, ਫਿਰ ਕਮਲੀ ਵਾਲੇ ਦੀ ਗਲੀ ਦਾ ਕੱਖ ਹੋ ਜਾ, ਹਾਜੀ ਖਲੀਲ ਅਹਿਮਦ ਸਾਹਿਬ ਮਰਹੂਮ ਮਕਫੂਰ ਰਹਿਮਤੁਲਾਹ ਤਾਲਾ ਲੈ, ਚੰਦ ਦਿਨ ਹੋਏ ਇਸ ਦੁਨੀਆ ਤੋਂ ਪਰਦਾ ਕਰ ਗਏ, ਵਿਸਾਲ ਹੋ ਗਿਆ ਉਹਨਾਂ ਦਾ, ਅੱਲਾ ਕਰੀਮ ਉਹਨਾਂ ਦੀ ਕਬਰ ਨੂੰ ਰੋਸ਼ਨ ਤੇ ਮੁਨੱਵਰ ਫਰਮਾਏ। ਉਹਨਾਂ ਵਾਸਤੇ ਇੱਕ ਸ਼ੇਰ ਮੈਂ ਪੇਸ਼ ਕਰਨ ਲੱਗਾ, ਉਹਨੂੰ ਦੋਵਾਂ ਜਹਾਨਾਂ ਵਿੱਚ ਕਮੀ ਕੋਈ ਨਹੀਂ, ਉਹ ਜਿਦਾ ਨਾਲ ਹਜ਼ੂਰ ਦੇ ਸੰਗ ਹੋਵੇ, ਉਹਨੂੰ ਰੋਜ਼ੇ ਮਾਸ਼ਰ ਦਾ ਡਰ ਕੀ ਏ, ਉਹ ਜਿਹਨੂੰ ਯਾਰ ਮਨਾਉਣ ਦਾ ਢੰਗ ਹੋਵੇ, ਇਹ ਟੱਲੀ ਵਾਂਗ ਟਨਕੇ ਵਿੱਚ ਮਹਿਫਿਲਾਂ ਦੇ ਗੌਸ ਪਾਕ ਦਾ ਜਿਹੜਾ ਉਹ ਮਲੰਗ ਹੋਵੇ, ਸਰਦਾਰ ਉਹਨੂੰ ਨਕੀਰਾਂ ਨੇ ਪੁੱਛਣਾ ਕੀ, ਉਹ ਜਿਹਦੇ ਕਫਨ ਤੇ ਪੀਰ ਦਾ ਰੰਗ ਹੋਵੇ, ਉਹ ਲੈ ਹੁਣ ਯਾਰ ਹਵਾਲੇ ਰੱਬ ਦੇ, ਆਖਰੀ ਸ਼ੇਰ, ਲੈ ਹੁਣ ਯਾਰ ਹਵਾਲੇ ਰੱਬ ਦੇ, ਮੇਲੇ ਨੀ ਚਾਰ ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਉਸ ਦਿਨ ਈਦ ਮੁਬਾਰਕ ਹੋ ਸੀ, ਉਹ ਜਿਸ ਦਿਨ ਫੇਰ ਮਿਲਾਂਗੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂ। ਮਾਸ਼ਾਅੱਲਾ ਹਜ਼ਰਤ ਜ਼ਿਬਾਕਾਰ ਆਲਮੀ ਸ਼ੋਹਰਤ ਯਾਫਤਾ ਸਨਾ ਖਾਂ, ਕਈ ਸਨਾ ਖਾਨੋ ਕੇ ਆਪ ਉਸਤਾਦ ਹੈ, ਬ੍ਰੈਡਫੋਰਡ ਸੇ ਆਪ ਤਸ਼ਰੀਫ ਲਾਏ, ਹਜ਼ਰਤ ਮੌਲਾਨਾ ਹਾਫਿਜ਼ ਓ ਕਾਰੀ ਅਬਦੁਲ ਕਾਦਰ ਨੌਸ਼ਾਹੀ ਸਾਹਿਬ